ਕੇਂਦਰੀ ਮੰਤਰੀ ਨਿਤਿਨ ਗੜਕਰੀ ਹੁਸ਼ਿਆਰਪੁਰ ਪਹੁੰਚੇ ਸੀ ਜਿੱਥੇ ਉਹਨਾਂ ਵੱਲੋਂ ਪੰਜਾਬ ਨੂੰ ਇੱਕ ਬੜੀ ਵੱਡੀ ਸੌਗਾਤ ਦਿੱਤੀ ਗਈ ਆ ਤੇ ਉੱਥੇ ਹੀ ਸੁਨੀਲ ਕੁਮਾਰ ਜਾਖੜ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਨਿਸ਼ਾਨੇ 사ਦੇ ਕੀਤੇ। ਸੈਕਿੰਡ ਨੂੰ ਤਾਂ ਅੱਜ ਮੌਸਮ ਬੜਾ ਤੁੰਦੜਾ ਹੈ। ਹੋ ਸਕਦਾ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਨਾ ਉੱਡਿਆ ਹੋਵੇ। ਮੈਨੂੰ ਇਸ ਗੱਲ ਤੋਂ ਲੱਗ ਰਿਹਾ ਹੈ ਕਿ ਜਿਹੜਾ ਇਹ ਪ੍ਰੋਜੈਕਟ ਪੰਜਾਬ ਨੂੰ ਦਿੱਤੇ ਨੇ ਕੇਂਦਰੀ ਸਰਕਾਰ ਨੇ ਫਿਰ ਉਹ ਆਪਣੇ ਬਲਬੂਤੇ ਤੇ ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾਂ ਤੇ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਚੋਖਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਪਰਾਲੀ ਤੋਂ ਅਸੀਂ ਬਾਇਓ ਫਿਊਲ ਭਾ ਬਾਇਓ ਬਾਲਣ ਤਿਆਰ ਕਰਾਂਗੇ ਜਿਹੜਾ ਉਹਦੇ ਵਿੱਚ ਵਰਤਿਆ ਜਾਵੇਗਾ ਤੇ ਉਹਦੇ ਨਾਲ ਘਟੋ ਘਟ ਸਾਨੂੰ ਕਾਫੀ ਹੱਦ ਤੱਕ ਸਫਲਤਾ ਮਿਲੇ ਕਾਂਗਰਸ ਪ੍ਰਧਾਨ ਪੰਜਾਬ ਦੇ ਰਾਜਾ ਵੜਿੰਗ ਵੱਲੋਂ ਫਿਰ ਤੋਂ ਤਿੱਖੇ ਤੇਵਰ ਦਿਖਾਏ ਗਏ ਨੇ ਉਹਨੇ ਕਿਹਾ ਕਿ ਜਿੱਥੇ ਪਾਰਟੀ ਹੁੰਦੀ ਹੈ ਪਾਰਟੀ ਦੇ ਨਾਲ ਚੱਲਣਾ ਪੈਂਦੇ ਦੇਖੋ ਤੁਸੀਂ ਸਿੱਧੇ ਰੂਪ ਦੇ ਵਿੱਚ ਕਹੋ ਜਾਂ ਸਿੱਧੇ ਰੂਪ ਦੇ ਵਿੱਚ ਕਹੋ ਨਿਸ਼ਾਨਾ ਤਾਂ ਕਹੀਂ ਪੇ ਨਗਾਹਾਂ ਕਹੀਂ ਪੇ ਨਿਸ਼ਾਨਾ ਉਹ ਤਾਂ ਨਵਜੋਤ ਸਿੱਧੂ ਤੇ ਹੈ ਨਵਜੋਤ ਸਿੱਧੂ ਨੇ ਕੱਲ ਹਰਪੁਰ ਦੇ ਵਿੱਚ ਰੈਲੀ ਕੀਤੀ ਹੈ ਤੇ ਕੱਲ ਉਹਨੇ ਐਲਾਨ ਕਰਤਾ ਕਿ ਰੈਲੀਆਂ ਅੱਗੇ ਵੀ ਜਾਰੀ ਰਹਿਣਗੀਆਂ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਕੁਮਰ ਵਿਜੇ ਪ੍ਰਤਾਪ ਵੱਲੋਂ ਸਪੀਡ ਬ੍ਰੇਕਰ ਦਾ ਮੁੱਦਾ ਚੁੱਕਿਆ ਗਿਆ ਕਿ ਉਹਨੇ ਕਿਹਾ ਕਿ ਇਹ ਪੈਸੇ ਖਾਂ ਲੈ ਕਿੱਤਾ ਜਾਂਦਾ ਸਾਰਾ ਕੁਝ ਆ 26 ਜਨਵਰੀ ਨੂੰ ਬਾਕੀ ਸਾਰੇ ਛੱਡ ਦਿਓ ਜਿਹੜੇ ਲੋਕ ਨਿਰਮਾਨ ਦੇ ਇੰਜੀਨੀਅਰ ਹਨ ਭਗਵੰਤ ਮਾਨ ਜੀ ਉਹਨਾਂ ਨੂੰ ਲਿਆ ਕੇ ਸਨਮਾਨ ਕਰਦੇ ਪਰ ਇਹ ਪਤਾ ਨਹੀਂ ਕਿਥੋਂ ਇੰਜੀਨੀਅਰ ਤੁਸੀਂ ਸੜਕਾਂ ਬਣਨ ਗਿਆ ਖੜ 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 ਕਰਦੇ ਜਾਂਦੇ ਆ ਆ ਤੁਸੀਂ ਪੁਲਾਂ ਤੇ ਚੜਜੋ ਵਿਦੇਸ਼ਾਂ ਚ ਵੀ ਆਪਾਂ ਜਾ ਕੇ ਆਏ ਆ ਇਹ ਟੈਕਨੋਲੋਜੀ ਉੱਤੇ ਤਾਂ ਹੈ ਨਹੀਂ ਇਹ ਪਤਾ ਨਹੀਂ ਕਿਹੜੀ ਬਾਬੇ ਚੰਦ ਤੋਂ ਲੈ ਕੇ ਆਏ ਨਹੀਂ ਸਾਪ ਦਾ ਬਧੈਕ ਨੇ ਸਤਕਾਰ ਕੋਰ ਗੈਰੀ ਨੂੰ ਹਾਈ ਕੋਰਟ ਤੋਂ ਜਮਾਨਤ ਮਿਲੀ। ਤਾਰਾਂ ਦੇ ਵਿੱਚ ਇਹ ਕਾਂਗਰਸ ਦੀ ਚੋਣ ਤੇ ਲੜੇ ਲੇਕਿਨ 2022 ਚ ਇਹਨਾਂ ਨੂੰ ਸੀਟ ਨਾ ਦਿੱਤੀ ਗਈ। ਇਹਨਾਂ ਨੇ ਛਾਲ ਮਾਰੀ ਦੂਜੀ ਪਾਰਟੀ। ਪਾਰਟੀਆਂ ਦਾ ਬੌਣੀਆਂ ਨੇ ਵੱਡੇ ਵੱਡੇ ਨੇ। ਜੀ। ਮਾਰਨਿੰਗ ਲਾਂਡਿੰਗ ਮਾਮਲੇ ਦੇ ਵਿੱਚ ਸੰਜੀਤ ਸਿੰਘ ਤੇ ਮਨੀਸ਼ ਸ਼ੋਧੀਆਂ ਨੂੰ ਨਰਾਇ ਹਸਾਬ ਹਿਰਾਸਤ ਦਾ ਵਾਧਾ ਦਿੱਤੀ ਗਈ। ਲੋਕਪਾਲ ਵੱਲੋਂ ਆਮਾਦੀ ਪਾਰਟੀ ਦੇ ਵਿਧਾਇਕਨੀ ਜੀ ਅਮਨ ਅਰੋੜਾ ਨੂੰ ਤਲਬ ਕੀਤਾ ਗਿਆ ਜੀ ਇਹ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਰਨ ਦੇ ਵੀ ਦੋਸ਼ ਲੱਗੇ ਨੇ ਆਵੰਦੀਪ ਕੌਰੋ ਰੋੜਾ ਨੇ ਹਾਲਾਂਕਿ ਇਹਨਾਂ ਦੋਸ਼ਾਂ ਨੂੰ ਨਕਾਰਿਆ ਹੈ ਇਹ ਉਹੀ ਅਮਨਦੀਪ ਕੌਰ ਜੀ ਦੇਤੇ ਸਿਹਤ ਭਾਗ ਦੇ 에어 ਕੰਡੀਸ਼ਨਰ ਕਹਿੰਦੇ ਉਹਦੇ ਦਫਤਰ ਚਲਾਤੇ ਸੀ ਘਰੇ ਜਾ ਕੇ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋਂ ਲੈ ਕੇ ਇਸ ਪ੍ਰੋਗਰਾਮਾਂ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੋ ਜਹਨ ਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮਿਲਣਾ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਰ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਢਿੱਲ ਸਾਹਿਬ ਅੱਜ ਕੇਂਦਰੀ ਮੰਤਰੀ ਨਿਤਿਨ ਗੜਕਰੀ ਹੁਸ਼ਿਆਰਪੁਰ ਪਹੁੰਚੇ ਸੀਗੇ ਜਿੱਥੇ ਉਹਨਾਂ ਵੱਲੋਂ ਪੰਜਾਬ ਨੂੰ ਇੱਕ ਬੜੀ ਵੱਡੀ ਸੌਗਾਤ ਦਿੱਤੀ ਗਈ ਹੈ ਤੇ ਉੱਥੇ ਹੀ ਸੁਨੀਲ ਕੁਮਾਰ ਜਾਖੜ ਵੱਲੋਂ ਮੁੱਖ ਮੰਤਰੀ ਦੇਖੋ ਜੇ ਸਾਡੇ ਸੜਕੀ ਆਵਾਜਾਈ ਮੰਤਰੀ ਕੇਂਦਰ ਦੇ ਨਿਤਨ ਗੜਕਰੀ ਜਿਨ੍ਹਾਂ ਬਾਰੇ ਆਮ ਲੋਕਾਂ ਦੇ ਵਿੱਚ ਚਰਚਾ ਹੈ ਕਿ ਗੜਕਰੀ ਸਾਹਿਬ ਇੱਕ ਬਹੁਤ ਹੀ ਅਗਾਹ ਬਧੂ ਸੋਚ ਵਾਲੇ ਆਗੂ ਨੇ ਉਹਨਾਂ ਨੇ ਆਪਣੇ ਕਾਰਜਕਾਲ ਦੇ ਵਿੱਚ ਭਾਰਤ ਦੇ ਵਿੱਚ ਸੜਕਾਂ ਦਾ ਜਾਲ ਕਾਫੀ ਵਿਛਾਇਆ ਅੱਜ ਉਹਨਾਂ ਨੇ ਖਸ਼ਾਲਪੁਰ ਤੋਂ ਆਸੇ ਪਾਸੇ ਤੋਂ ਜਿੱਥੇ ਬਹੁਤ ਸਾਰੇ ਉਦਘਾਟਨ ਕੀਤੇ ਨੇ ਉੱਥੇ ਨੀ ਪੱਥਰ ਵੀ ਨੇ ਜਿਵੇਂ ਲੁਧਿਆਣਾ ਜੀਟੀ ਰੋਡ ਰਾਸ਼ਟਰੀ ਮਾਰਗ 5 ਨੂੰ ਜੋੜਨ ਵਾਲੇ 4 ਲੇਨ ਬਾਈਪਾਸ ਜਿਹੜਾ ਯੂਨੀਵਰਸਿਟੀ ਤੋਂ ਪਹਿਲਾਂ ਜਾ ਰਿਹਾ ਤੇ ਪਰੇ ਦੀ ਹੋ ਕੇ ਸਿੱਧਾ ਲਾਡੋਵਾਲ ਦੇ ਪੁਲ ਤੇ ਨਿਕਲੇਗਾ ਇਹਦੇ ਨਾਲ ਸ਼ਹਿਰ ਦੀ ਆਵਾਜਾਈ ਦੇ ਉੱਤੇ ਵੱਡਾ ਅਸਰ ਪਵੇਗਾ ਉਹਨਾਂ ਨੇ ਤਲਵੰਡੀ ਭਾਈ ਤੋਂ ਫਿਰੋਜ਼ਪੁਰ ਲੁਧਿਆਣਾ ਸ਼ਹਿਰ ਵਿੱਚ 6 ਲੇਨ ਫਲਾਈਓਵਰ ਜਿਹਦੀ ਲੰਬਾਈ 4 ਕਿਲੋਮੀਟਰ ਹੈ ਭਾਅ ਪਤਾ ਲੱਗਿਆ ਕਿ ਇਹ ਸਭਰਾਜ ਚੌਕ ਤੋਂ ਲੈ ਕੇ ਜਿਹੜਾ ਲੱਡੋਵਾਲ ਦਾ ਪੁਲਾ ਹੈ ਉੱਥੋਂ ਤੱਕ ਦਾ ਫਲਾਈਓਵਰ ਜਲੰਧਰ ਕਪੂਰਥਲਾ ਖੰਡ ਇਸੇ ਤਰ੍ਹਾਂ ਡੰਗਲ ਵਿੱਚ ਇੱਕ ਪੁਲ ਜਲੰਧਰ ਮਖੂ ਰੋਡ ਦਾ ਸੁੰਦਰੀਕਰਨ ਜਿਹੜੇ ਨੀ ਪੱਥਰ ਦੇ ਫਗਵਾੜਾ ਤੋਂ ਹੁਸ਼ਿਆਰਪੁਰ ਬਾਈਪਾਸ ਇਹ ਬਹੁਤ ਜ਼ਰੂਰਤ ਸੀ ਫਗਵਾੜੇ ਦੇ ਵਿੱਚ ਬਹੁਤ ਜ਼ਿਆਦਾ ਕੰਜੈਸਟਡ ਕੰਮ ਹੋ ਗਿਆ ਫਿਰੋਜ਼ਪੁਰ ਬਾਈਪਾਸ ਕੇਂਦਰੀ ਸੜਕ ਫੰਡ ਤੋਂ ਅੰਮ੍ਰਿਤਸਰ ਕਪੂਰਥਲਾ ਲੁਧਿਆਣਾ ਵਿੱਚ 9 ਪਰियोजनाਵਾਂ ਸultanpur 로ਡ ਦੀ ਮਖੂ ਤਲਵੰਡੀ तमाम ਤਰਾਂ ਦੀਆਂ ਜਿਹੜੀਆਂ ਕੁਝ ਪ੍ਰੋਜੈਕਟਾਂ ਜਿਨ੍ਹਾਂ ਦੇ ਬਾਰੇ ਕੇਂਦਰ ਦੇ ਇਸ ਬੈਕਪੇ ਨੇ ਬੜਾ ਵਧੀਆ ਤਰੀਕੇ ਦੇ ਨਾਲ ਇੱਕ ਇਸ਼ਤਿਹਾਰ ਬਹੁਤ ਸਾਰੇ ਅਖਬਾਰਾਂ ਦੇ ਵਿੱਚ ਦਿੱਤਿਆ। ਉਹਨਾਂ ਨੇ ਜਦੋਂ ਇੱਥੇ ਇਹ ਗੱਲ ਕੀਤੀ ਹੈ ਕਹਿੰਦੇ ਲੁਧਿਆਣੇ ਤੋਂ ਬਠਿੰਡੇ ਤੱਕ ਦਾ 75 ਕਿਲੋਮੀਟਰ ਦੀ ਲੰਬਾਈ ਇਹ ਸਿਰਫ ਤੇ ਸਿਰਫ ਆਪਰਾ ਗ੍ਰੀਨ ਫੀਲਡ ਹਾਈਵੇ 12000 ਕਰੋੜ ਦੇ ਪ੍ਰੋਜੈਕਟਾਂ ਦਾ ਐਲਾਨ ਕੀਤਾ ਲੁਧਿਆਣਾ ਤੋਂ ਬਟਿੰਡਾ ਸਿਰਫ ਤੇ ਸਿਰਫ 45 ਮਿੰਟ ਵਿੱਚ ਤੈ ਹੋਵੇਗੀ ਪਾਬ ਹਲਵਾਰਾ ਹਵਾਈ ਅੱਡੇ ਤੋਂ ਬਟਿੰਡੇ ਦੇ ਨਾਲ ਕਨੈਕਟੀਵਿਟੀ ਕੀਤੀ ਜਾ ਰਹੀ ਹੈ ਜੋੜਿਆ ਜਾ ਰਿਹਾ ਹੈ ਜਿਹੜੇ ਲੋਕ ਉੱਥੇ ਜਾਣਾ ਚਾਹਣਗੇ ਲੁਧਿਆਣੇ ਤੋਂ ਘੱਟੋ ਘੱਟ ਵੀ ਬਟਿੰਡੇ ਦੇ ਤਿੰਨ ਘੰਟੇ ਦੇ ਲਗਭਗ ਲੱਗ ਜਾਂਦੇ ਐ ਤੇ ਉਹ ਚੀਜ਼ 45 ਮਿੰਟ ਚ ਤੈਅ ਹੋ ਜਾਵੇਗੀ ਉਹ ਕਹਿੰਦੇ ਕਿ ਦਸੰਬਰ 2025 ਤੱਕ ਇਹ ਮੁਕੰਮਲ ਹੋ ਜਾਵੇਗਾ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ 2000 ਕਰੋੜ ਰੁਪਏ ਖਰਚੇ ਜਾਣਗੇ ਇਹ ਜਿਹੜਾ ਪ੍ਰੋਜੈਕਟ ਹੈ ਤੇ 2 ਦਸੰਬਰ 2025 ਤੱਕ ਭਾਵ ਅਗਲੇ ਸਾਲ ਦੇ ਅੰਤ ਤੱਕ ਇਹ ਮੁਕੰਮਲ ਕਰ ਲਿਆ ਜਾਵੇਗਾ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਅਬਰਸਰ ਹਵਾਈ ਐਡੇ ਤੋਂ ਰਾਮਦਾਸ ਤੱਕ ਚਾਰ ਮਰਗੀ ਕੰਮ ਇਹ 24 ਵਿੱਚ ਮੁਕੰਮਲ ਹੋ ਜਾਵੇਗਾ ਲੁਧਿਆਣਾ ਦੇ ਸਬਰਾਲਾ ਚੌਕ ਤੱਕ 13 ਕਿਲੋਮੀਟਰ ਵਾਲਾ ਇਹ ਮੁਕੰਮਲ ਕਰ ਲਿਆ ਜਾਂ ਇਸ ਮਹੀਨੇ ਦੇ ਵਿੱਚ ਵਿੱਚ ਚਾਲੂ ਹੋ ਜਾਵੇਗਾ ਉਹਨਾਂ ਨੇ ਕਿਹਾ ਕਿ ਕਿਸਾਨਾਂ ਤੋਂ ਇਹ ਪਰਾਲੀ ਤੋਂ ਅਸੀਂ ਬਾਇਓ ਫਿਊਲ ਭਾ ਬਾਇਓ ਬਾਲਣ ਤਿਆਰ ਕਰਾਂਗੇ ਜਿਹੜਾ ਉਹਦੇ ਵਿੱਚ ਵਰਤਿਆ ਜਾਵੇਗਾ ਤੇ ਉਹਦੇ ਨਾਲ ਘਟੋ ਘਟ ਸਾਨੂੰ ਕਾਫੀ ਹੱਦ ਤੱਕਰ ਸਫਲਤਾ ਮਿਲੇਗੀ ਜੀ ਇਹ ਇੱਕ ਚੰਗਾ ਕਦਮ ਹੈ ਮੈਂ ਸਭ ਦੱਕੇ ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਨੇ ਹੁਸ਼ਿਆਰਪੁਰ ਦੇ ਵਿੱਚ ਇੱਕ ਰੈਲੀ ਵੀ ਕੀਤੀ ਮੈਨੂੰ ਇਸ ਗੱਲ ਤੋਂ ਲੱਗ ਰਿਹਾ ਹੈ ਕਿ ਜਿਹੜਾ ਇਹ ਪ੍ਰੋਜੈਕਟ ਪੰਜਾਬ ਨੂੰ ਦਿੱਤੇ ਨੇ ਕੇਂਦਰੀ ਸਰਕਾਰ ਨੇ ਫਿਰ ਉਹ ਆਪਣੇ ਬਲ ਬੂਤੇ ਤੇ ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾਂ ਤੇ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਚੋਖਾ ਹਿੱਸਾ ਪਾਉਣਾ ਚਾਹੁੰਦੇ ਨੇ ਰੈਲੀ ਹੋਈ ਇਸ਼ਤਿਹਾਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਂ ਪਾਇਆ ਵੈ ਪਰ ਪੱਕ ਬੰਤਮਾਨ ਦੀ ਗੈਰ ਹਾਜ਼ਰੀ ਇੱਥੇ ਰੜਕਦੀ ਰਹੀ ਪੰਜਾਬ ਦੀ ਸਰਕਾਰ ਤੇ ਕੇਂਦਰ ਸਰਕਾਰ ਦੇ ਵਿੱਚ ਤਾਲਮੇਲ ਨਾਲ ਦੀ ਕੋਈ ਚੀਜ਼ ਬਹੁਤੀ ਹੈ ਨਹੀਂ ਜਾਖੜ ਸਾਹਿਬ ਨੇ ਤੰਜ ਕੱਸਿਆ ਕਿ ਕੇਜਰੀਵਾਲ ਸਾਹਿਬ ਨੂੰ ਹਿਸ਼ਾਰਪੁਰ ਦਾ ਬਪਾਸਨਾ ਕੇਂਦਰ ਵਧੀਆ ਲੱਗਿਆ ਤੇ ਮੁੱਖ ਮੰਤਰੀ ਨੇ ਠੋਕਰ ਮਾਰਤੀ ਤੇ ਕਰਨਾਟਕਾ ਜਾਂ ਅੰਧਰਾ ਪ੍ਰਦੇਸ਼ ਜਾਂ ਪਹੁੰਚੇ ਵਿਸਾਖਾਪਟਨਮ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਗੜਕਰੀ ਸਾਹਿਬ ਬਹੁਤ ਵੱਡੇ ਦਿਲ ਦੇ ਬੰਦੇ ਨੇ ਕਈ ਹੋਰ ਪ੍ਰਯੋਜ ਰਾਮਾ ਜੇ ਅੱਜ ਮੁੱਖ ਮੰਤਰੀ ਇੱਥੇ ਆਉਂਦੇ ਤਾਂ ਉਹਨਾਂ ਨੂੰ ਘੱਟੋ-ਘੱਟ ਗੜਕਰੀ ਸਾਹਿਬ ਨਾਲ ਬੈਠਣ ਦਾ ਮੌਕਾ ਮਿਲਦਾ ਕੁਝ ਹੋਰ ਪ੍ਰੋਜੈਕਟਾਂ ਤੇ ਗੱਲਬਾਤ ਹੋ ਸਕਦੀ ਸੀ। ਕਈ ਤਰ੍ਹਾਂ ਦੀਆਂ ਉਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਸੋਬੇਰੀਕ ਸਨੇਵਰ ਬੇਨਤੀ ਹੈ ਕਿ ਸੂਬਾ ਸਰਕਾਰ ਤੇ ਕੇਂਦਰ ਸਰਕਾਰ, ਕੇਂਦਰ ਸਰਕਾਰ ਉਹ ਨਹੀਂ ਕਿ ਬੋਦੀ ਸਾਹਿਬ ਦੀ ਹੈ। ਉਹ ਬਾਕੀ ਸਾਰਿਆਂ ਦੀ ਸਰਕਾਰ ਹੈ, ਪੰਜਾਬ ਦੀ ਸਰਕਾਰ ਇਕੱਲੇ ਭਗਵੰਤ ਮਾਨ ਦੀ ਨਹੀਂ। ਉਹ ਵੀ ਸਾਰੇ ਪੰਜਾਬ ਦੇ ਲੋਕਾਂ ਦੇ ਮੁੱਖ ਮੰਤਰੀ ਨੇ। ਸੋ ਸਾਡਾ ਹੱਕ ਹੈ ਅਸੀਂ ਕੋਈ ਭੀਖ ਨਹੀਂ ਮੰਗਣੀ ਕਹਦੇ ਮੈਨੂੰ ਕੋਈ ਆਡੀਅਰ ਦਿੰਦਾ ਦੇਵੇ ਨਹੀਂ ਦਿੰਦਾ ਰਾਹ ਦੇਵੇ ਆ ਤਾਜ਼ਾ ਅੰਕੜੇ ਦੱਸਦੇ ਐ ਕਿ ਕਿਵੇਂ ਤੁਹਾਡਾ ਆ ਮੁਫਤ ਬਿਜਲੀ ਦਾ ਬੋਝ ਹੋਰ ਵੱਧ ਗਿਆ ਮੀਟਰਾਂ ਦੀ ਗਿਣਤੀ ਵੱਧ ਗਈ ਇਰਾਸੀ ਲੋਕ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਇਸ ਗਲਤੀ ਬਣੇ ਰਹਿੰਦੇ ਐ ਕਿ ਮੁਕਤ ਕੋਰੀ ਦੇ ਨਾਲ ਵੋਟਾਂ ਕਿਵੇਂ ਵਸੂਲਣੀਆਂ ਨੇ ਦੇਸ਼ ਤੇ ਰਾਜ ਭਾਵੇਂ ਟੱਠੇ ਖੂਚ ਜਾਣ ਗੜਕਰੀ ਸਾਹਿਬ ਦਾ ਅੱਜ ਇੱਥੇ ਆ ਕੇ ਇਹਨਾਂ ਪ੍ਰੋਜੈਕਟਾਂ ਦੇ ਬਾਰੇ ਉਦਘਾਟਨ ਕਰਨਾ ਤੇ ਨੀ ਪੱਥਰ ਰੱਖਣਾ ਪੰਜਾਬ ਲਈ ਇੱਕ ਚੰਗਾ ਕਦਮ ਮੰਨਿਆ ਜਾ ਸਕਦਾ ਹੈ ਜੀ ਦੂਜੇ ਪਾਸੇ ਕਾਂਗਰਸ ਦੀ ਮੀਟਿੰਗ ਚੱਲ ਰਹੀ ਚੰਡੀਗੜ੍ਹ ਦੇ ਵਿੱਚ ਤੇ ਕਾਂਗਰਸ ਪ੍ਰਧਾਨ ਪੰਜਾਬ ਦੇ ਰਾਜਾ ਵੜਿੰਗ ਵੱਲੋਂ ਫਿਰ ਤੋਂ ਤਿੱਖੇ ਤੇਵਰ ਦਿਖਾਏ ਗਏ ਨੇ ਉਹਨੇ ਕਿਹਾ ਕਿ ਜਿੱਥੇ ਪਾਰਟੀ ਹੁੰਦੀ ਹੈ ਪਾਰਟੀ ਦੇ ਨਾਲ ਚੱਲਣਾ ਪੈਂਦਾ ਜੀ ਦੇਖੋ ਤੁਸੀਂ ਸਿੱਧੇ ਰੂਪ ਦੇ ਵਿੱਚ ਕਹੋ ਜਾਂ ਸਿੱਧੇ ਰੂਪ ਦੇ ਵਿੱਚ ਕਹੋ ਨਿਸ਼ਾਨਾ ਤਾਂ ਕਹੀਂ ਪੇ ਨਗਾਹਾਂ ਕਹੀਂ ਪੇ ਨਿਸ਼ਾਨਾ ਉਹ ਤਾਂ ਨਵਜੋਤ ਸਿੱਧੂ ਤੇ ਐ ਨਵਜੋਤ ਸਿੱਧੂ ਨੇ ਕੱਲ ਹਰਪੁਰ ਦੇ ਵਿੱਚ ਰੈਲੀ ਕੀਤੀ ਐ ਤੇ ਕੱਲ ਉਹਨੇ ਐਲਾਨ ਕਰਤਾ ਕਿ ਰੈਲੀਆਂ ਅੱਗੇ ਵੀ ਜਾਰੀ ਰਹਿਣਗੀਆਂ ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਫਾਇਦਾ ਕਰਨ ਚੱਲੇ ਨੇ ਜਾਂ ਉਹ ਕਦੇ 7525 ਦੀ ਗੱਲ ਕਹਿੰਦੇ ਐ ਅਵਰਿੰਦਰ ਸਿੰਘ ਰਾਜਾ ਵੜਿੰਗ ਦੀ ਧੰ ਪਤਨੀ ਬੀਬੀ ਅਮਰਤਾ ਵੜਿੰਗ ਲੋਕ ਸਭਾ ਚੋਣ ਲੜ ਰਹੀ ਸੀ ਉੱਥੇ ਇੱਕ ਤਾਂ ਜਿਹੜਾ ਐਕਸ਼ਨ ਕਰਾਇਆ ਗਿਆ ਬਰਪ੍ਰੀਤ ਬਾਦਲ ਦੇ ਇਸ਼ਾਰੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਜਾਨ ਤੇ ਕੁੱਟਮਾਰ ਹੋ ਗਈ ਇਹਨੇ ਤਾਂ ਉਦੋਂ ਹੀ ਕਹਿਤਾ ਸੀਗਾ ਦੁਕਾਨਦਾਰਾਂ ਦਾ ਕਿਹ ਆ ਪੱਠਾ ਬਹਾਤਾ ਕਹਿੰਦੇ ਆ ਕਿ ਅੰਨਾ ਬੰਦੇ ਸਿਰ ਨਹੀਂ ਮੁੜਮੁੜਾ ਆਪਣੇਆਂ ਨੂੰ ਤੇ ਮਨਪ੍ਰੀਤ ਬਾਦਲ ਨੂੰ ਭਰਜਾਈ ਦਾ ਖਿਆਲ ਜਿਆਦਾ ਆ ਗਿਆ ਕਹਿੰਦੇ ਉਨੇ ਹਜਾ ਕੰਮ ਕਰਤਾ ਸ਼ਹਿਰ ਦੇ ਵਿੱਚੋਂ ਜਿੱਥੇ ਕਾਂਗਰਸ ਹਮੇਸ਼ਾ ਜਿੱਤਦੀ ਹੈ ਉਹ ਉਥੇ 30 32000 ਤੇ ਡਾਊਨ ਚਲੇਗੀ ਉਹਨੀਆਂ ਵੋਟਾਂ ਤੇ ਹੀ ਇਹ ਹਾਰ ਗਿਆ ਬੀਬੀ ਅਮਰਤਾ ਪ੍ਰੇਮਗੋਆ ਤੇ ਅਨਵਜੋਤ ਸਿੰਘ ਸਿੱਧੂ ਬੁਲਾਇਆ ਉਥੇ ਬਲੋਟ ਦੇ ਵਿੱਚ ਤਿੰਨ ਚਾਰ ਥਾਵਾਂ ਤੇ ਨਵਜੋਤ ਸਿੰਘ ਸਿੱਧੂ ਨੇ ਜਦੋਂ ਕਹਿਤਾ ਕਿ 75 25 ਖੇਡਦੇ ਆ ਉਹਨੇ ਆਪਣੇ ਸਰਕਾਰ ਦਾ ਕੰਮ ਕੀਤਾ ਸੀ ਜਾਂ ਪੱਠਾ ਵਾਇਆ ਸੀ ਅੱਜ ਵੀ ਕਿਤੇ ਕੋਈ ਨਿਸ਼ਾਨਾ ਹੋਰ ਤਾਂ ਨਹੀਂ ਉਹਨਾਂ ਦਾ ਉਹਨਾਂ ਨੂੰ ਇਹਨਾਂ ਮਾਮਲਿਆਂ ਦੇ ਵਿੱਚ ਜਾ ਕੇ ਜੀ ਕੁਝ ਕਰਨਾ ਚਾਹੀਦਾ ਉਹ ਕਹਿੰਦੇ ਕਿ ਅਨਸ਼ਾਸਨ ਬਹੁਤ ਜ਼ਰੂਰੀ ਹੈ ਭਾਵੇਂ ਪ੍ਰਧਾਨ موجوده ਹੋਵੇ ਜਾਂ ਸਾਬਕਾ ਜਾਂ ਉਦੋਂ ਸਾਬਕਾ ਕਿਉਂਕਿ ਕਈ ਪ੍ਰਧਾਨ ਉੱਥੇ ਕੱਲ ਮਿਲਣ ਵਾਲੇ ਤੇ ਅੱਜ ਵੀ ਆਏ ਸੀ ਬੀਬੀ ਰਜਿੰਦਰ ਕੌਰ ਪਠੱਲ ਆਏ ਜੀ ਸਾ ਲਾਲਸਗ ਉੱਥੇ ਸੀ ਕਲਮਿੰਦਰ ਸਿੰਘ ਕੇਪੀ ਉਹ ਵੀ ਪ੍ਰਧਾਨ ਰਹੇ ਨੇ ਕਿਸੇ ਵੇਲੇ ਸਮਸ਼ੇਰ ਸਿੰਘ ਦੂਲੋਂ ਪ੍ਰਧਾਨ ਰਹੇ ਨੇ ਉਹ ਸਾਰੇ ਦੇ ਸਾਰੇ ਉੱਥੇ ਹਾਜ਼ਰ ਸਨ ਇੱਕ ਪਿਛਲੀ ਘਟਨਾ ਨੂੰ ਯਾਦ ਕਰੋ ਕੈਪਟਨ ਅਮਰਿੰਦਰ ਸਿੰਘ ਦੀ ਯਾਤਰਾ ਜਾ ਰਹੀ ਸੀ 2006 ਦੇ ਵਿੱਚ ਉਹ ਯਾਤਰਾ ਦੇ ਵਿੱਚ ਰਮੇਸ਼ ਸਿੰਘ ਨਾਲ ਆਬੇ ਦੇ ਮੈਲੇ ਚੜ ਗਏ ਇਹਨਾਂ ਦੀ ਜਿਪਸੀ 'ਚ ਸਭ ਜੇਰ ਸਿੰਘ ਦੂ ਲੋ ਥੱਲੇ ਉਤਰ ਕੇ ਖੜ ਗਏ ਕਹਿੰਦੇ ਤੁਸੀਂ ਕੌਣ ਹੋਨੇ ਹੋ ਪ੍ਰਧਾਨ ਬਏ ਆ ਮੈਂ ਤਾਂ ਇਹਨਾਂ ਨੂੰ ਜੁਆਇਨ ਕਰਾਇਆ ਨਹੀਂ ਤੇ ਤੁਸੀਂ ਜੋਰਤ ਲਾਲ ਕਹਤਾ ਸੀ ਹੁਣ ਰਾਜਾ ਬੜਿੰਗ ਪ੍ਰਧਾਨ ਨੇ ਰਾਜਾ ਬੜਿੰਗ ਕਹਿੰਦੇ ਕਿ ਕੋਈ ਜੇ ਮਜਬੂਤੀ ਲਈ ਕੰਮ ਕਰਦਾ ਹੈ ਤਾਂ ਸਾਨੂੰ ਕੀ ਇਤਰਾਜ ਹੈ ਜੀ ਕੀ ਇਹ ਅਨੁਸ਼ਾਸਨਹੀਨਤਾ ਜਾਂ ਨਹੀਂ ਇਹਦੇ ਬਰਤ ਰਾਜਾ ਬੜੇਗੀ ਦੱਸ ਸਕਦੇ ਐ ਪਰ ਇਹ ਸਾਰਾ ਕੁਝ ਜੇ ਹੋਇਆ ਅਨਿਸ਼ਾਸਨ ਹੋਣਾ ਚਾਹੀਦਾ ਸਾਰਿਆਂ ਤੇ ਲਾਗੂ ਭਾਵੇਂ ਉਹ ਨਵਜੋਤ ਸਿੱਧੂ ਹੈ ਭਾਵੇਂ ਰਾਜਾ ਬੜਿੰਗਾ ਹੈ ਭਾਵੇਂ ਪ੍ਰਤਾਪ ਸੋਵਾਜਵਾ ਜਾਂ ਕੋ ਹੋਰ ਹੈ ਇਹਨਾਂ ਨੇ ਕਿਹਾ ਕਿ ਜਿਹੜੇ ਦਵਿੰਦਰ ਜਾਦਵਾ ਹੈ ਉਹਨਾਂ ਨੇ ਕਿਹਾ ਕਿ ਮੈਂ ਸਾਰਾ ਕੁਝ ਮੇਰੇ ਧਿਆਨ ਚ ਮੈਂ ਦੇਖ ਲਿਆ ਜੀ ਸੋ ਦੇਖਦੇ ਆ ਆ ਉਹਦੇ ਚ ਕੀ ਹੋਣਾ ਹੈ ਤੇ ਅੱਜ ਉੱਥੇ ਜਿਹੜੇ ਆਗੂ ਬੈਠੇ ਦਿਖੇ ਉਹਨਾਂ ਦੇ ਵਿੱਚੋਂ ਪ੍ਰਤਾਪ ਸੋਵਾਜਵਾ ਜੀ ਹਰਦੀয়াল ਸਿੰਘ ਕੰਪੋਜ਼ ਰਵਨੀਤ ਬਿੱਟੂ ਇਸੇ ਤਰ੍ਹਾਂ ਰਣਦੀਪ ਸਿੰਘ ਨਾਭਾ ਸੰਦੀਪ ਸੰਧੂ ਗੁਰਕੀਰਤ ਕੋਟਲੀ ਤੇ ਰਾਜਾ ਵੜਿੰਗ ਵੀ ਉਥੇ ਸ਼ਿਸ਼ੋਭਤ ਸਨ ਇਸ ਤੋਂ ਇਲਾਵਾ ਜਿਹੜੇ ਬਲਾਕ ਪੱਧਰ ਤੇ ਤੇ ਹੋਰ ਹੈ ਬਾਰੀ-ਬਾਰੀ ਆਗੂਆਂ ਨੇ ਜਦਵ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ ਜੀ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਕੁਮਰ ਵਿਜੇ ਪ੍ਰਤਾਪ ਵੱਲੋਂ ਸਪੀਡ ਬ੍ਰੇਕਰ ਦਾ ਮੁੱਦਾ ਚੁੱਕਿਆ ਗਿਆ ਕਿ ਉਹਨੇ ਕਿਹਾ ਕਿ ਇਹ ਪੈਸੇ ਖਾਣ ਲਈ ਕੀਤਾ ਜਾਂਦਾ ਸਾਰਾ ਕੁਝ ਅਸੀ ਤਾਂ ਕਿਸੇ ਵਲੇ ਕਹਿੰਦੇ ਹੁੰਦੇ ਸੀ ਵੀ ਆਹ ਤਾਂ ਚਾਹ ਨਾਲ ਬਣੇ ਹੋਏ ਸਪੀਡ ਬ੍ਰੇਕਰ ਨੇ। ਉਹ ਠੀਕ ਕਹਿ ਰਹੇ ਨੇ। ਜੀ। ਤੁਸੀਂ ਉੱਥੇ ਛੱਡੋ ਆਪਣੇ ਸ਼ਹਿਰ ਦੇ ਵਿੱਚ। ਬਾਸ ਅਡੇ ਤੋਂ ਲੈ ਕੇ ਜਿਹੜਾ ਪੁਲ ਬਣਿਆ ਹੋਇਆ ਹੈ। ਇਹਦੇ ਜਿਹੜੇ ਦੋ ਕ੍ਰਾਸ ਨੇ ਲੰਘੇ ਨੇ। ਉੱਥੇ ਇਹ ਜਿਹੇ ਚਬੂਤਰੇ ਬਣਾਤੇ ਕਿ ਗੱਡੀ ਥੱਲੇ ਲੱਗਦੀ ਹੈ। ਆ 26 ਜਨਵਰੀ ਨੂੰ ਬਾਕੀ ਸਾਰੇ ਛੱਡ ਦਿਓ ਜਿਹੜੇ ਲੋਕ ਨਰਮਾਨ ਦੇ ਇੰਜੀਨੀਅਰ ਹਨ। ਭਗਵੰਤ ਮਾਨ ਜੀ ਉਹਨਾਂ ਨੂੰ ਲਿਆ ਕੇ ਸਨਮਾਨ ਕਰਦੇ ਨੇ ਜੀ ਇਹਨਾਂ ਨੂੰ ਕੁਝ ਨਹੀਂ ਪਤਾ ਕਿ ਟੈਕਨੀਕਲ ਤੌਰ ਤੇ ਇਸ ਸਪੀਡ ਬ੍ਰੇਕਰ ਕਿਹੋ ਜਿਹਾ ਹੋਣਾ ਚਾਹੀਦੀ ਹੈ ਮੈਨੂੰ ਹੋਰ ਜਗ੍ਹਾ ਦਾ ਤਾਂ ਠੀਕ ਹੈ ਐ ਜਗ੍ਹਾ ਦੇ ਉੱਤੇ ਤਾਂ ਕੋਈ ਸਪੀਡ ਤੇ ਜਾਂਦਾ ਹੀ ਨਹੀਂ ਜਗਈ ਇੱਕ ਗੱਡੀ ਲੰਘਣ ਦੀ ਜਾਂ ਦੂਜੀ ਕ੍ਰੌਸਿੰਗ ਕੀਤੀ ਜਾ ਸਕਦੀ ਤੇ ਜਿਹੜਾ ਸਾਈਡ ਵਾਲੇ ਪਾਸੇ ਇਹਨਾਂ ਨੇ ਚੂਤਰੇ ਬਣਾਏ ਨੇ ਕਦੇ ਪਾਣੀ ਧਰਤੀ ਤੋਂ ਉੱਤੇ ਵੀ ਗਿਆ ਪਾਣੀ ਦਾ ਵਹਾਅ ਧਰਤੀ ਤੋਂ ਨੀਵੇਂ ਆਉਣ ਵਾਲੇ ਪਾਸੇ ਨੂੰ ਜਾਏਗਾ ਉਹ ਪਾਈਪਾ ਪਾ ਕੇ ਜੇ ਉਹ ਰਸਤਾ ਖੋਲ ਕੇ ਬਹੀ ਕਲਾ ਵਾਸਤੇ ਛੱਡ ਦਿੱਤਾ ਜਾਂਦਾ ਤਾਂ ਤੁਸੀਂ ਮਹਿਸੂਸ ਕਰੋ ਕਿ ਇਸ ਮਾਮਲੇ ਦੇ ਵਿੱਚ ਕਿਵੇਂ ਉਹਨਾਂ ਨੂੰ ਲੋਕਾਂ ਨੂੰ ਰਾਹਤ ਮਿਲਦੀ ਹੈ ਜੀ ਪਰ ਇਹ ਪਤਾ ਨਹੀਂ ਕਿੱਥੋਂ ਇੰਜੀਨੀਅਰ ਤੁਸੀਂ ਸੜਕਾਂ ਬਣਨਗੇ ਖੜ 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 ਕਰਦੇ ਜਾਂਦੇ ਆ ਆ ਤੁਸੀਂ ਪੁਲਾਂ ਤੇ ਚੜਜੋ ਵਿਦੇਸ਼ਾਂ 'ਚ ਵੀ ਆਪਾਂ ਜਾ ਕੇ ਆਏ ਆ ਇਹ ਟੈਕਨੋਲੋਜੀ ਉੱਥੇ ਤਾਂ ਹੈ ਨਹੀਂ ਇਹ ਪਤਾ ਨਹੀਂ ਕਿਹੜੀ ਬਾਬੇ ਚੰਦ ਤੋਂ ਲੈ ਕੇ ਆਏ ਨੇ ਸੋ ਸਰਕਾਰਾਂ ਇੱਕ ਤਾਂ ਜਿਹੜਾ ਚੱਲ ਪੈਂਦਾ ਨਾ ਕਿ ਅੱਜ ਸਾਡੇ ਮੁੱਖ ਮੰਤਰੀ ਆ ਰਹੇ ਆ ਰਾਤੋ ਰਾਤ ਬਣਾ ਦੇਉ ਸੜਕ ਉਹ ਫਿਰ ਜੋ ਅਗ ਸਵਾਹ ਪੈਂਦਾ ਹੈ પાਕੇ ਖਾਣਾ ਪੂਰਤੀ ਹੋ ਜਾਂਦੀ ਹੈ ਜੀ ਸੋ ਜਿਹੜੇ ਸਪੀਡ ਬ੍ਰੇਕਰ ਨੇ ਇਹਨਾਂ ਨੂੰ ਬਕਾਇਦਾ ਜਿਹੜਾ ਡਿਜ਼ਾਈਨ ਉਹਨਾਂ ਦਾ ਬੰਦਾ ਉਹਦੇ ਮੁਤਾਬਕ ਕੀਤਾ ਜਾਵੇ ਅਦਰਵਾਈਜ਼ ਇਹ ਬਹੁਤ ਮਾੜਾ ਹੈ ਜੀ ਜੀ ਸੋ ਟੋਲ ਸਰ ਨਾਲ ਇਹ ਸਾਫ ਕਾ ਵਿਧਾਇਕ ਨੇ ਸਤਕਾਰ ਕੌਰ ਗਹਿਰੀ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਜੀ ਸਤਕਾਰ ਕੌਰ ਗਹਿਰੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਫਿਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਧਤ ਨੇ ਉਹ ਪਿਛੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਦਾਖਲ ਹੋ ਗਏ ਸੀ ਤੇ 18 ਸਤੰਬਰ ਨੂੰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ 17 ਦੇ ਵਿੱਚ ਇਹ ਕਾਂਗਰਸ ਦੀ ਚੋਣ ਤੇ ਲੜੇ ਲੇਕਿਨ 2022 ਚ ਇਹਨਾਂ ਨੂੰ ਸੀਟ ਨਾ ਦਿੱਤੀ ਗਈ ਇਹਨਾਂ ਨੇ ਛਾਲ ਮਾਰੀ ਦੂਜੀ ਪਾਰਟੀ ਚ ਪਾਰਟੀਆਂ ਦਾ ਬੌਣੀਆਂ ਨੇ ਵੱਡੇ ਵੱਡੇ ਨੇ ਜੀ ਸੋ ਫਰੋਜਪੁਰਚ ਉਹਨਾਂ ਦੇ ਪਤੀ ਜਿਹੜਾ ਜਸਬੀਲ ਸਿੰਘ लाਢੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਮਾਰਚ 2023 ਵਿੱਚ ਵਿਜੀਲੈਂਸ ਨੇ ਪੁੱਛਗਿੱਛ ਕੀਤੀ ਸੀ ਤੇ ਇਹਨਾਂ ਨੂੰ ਹੁਣ ਅਦਾਲਤ ਨੇ ਜ਼ਬਾਨ ਦਿੱਤੀ ਹੈ ਸ਼ਾਇਦ ਇਹ ਮਾਨਸਾ ਦੀ ਜੇਲ੍ਹ ਦੇ ਵਿੱਚ ਸਨ ਜੀ ਦੋਨੇ ਜਣੇ ਕੱਲ ਇਹਨਾਂ ਦੀ ਜ਼ਬਾਨਤ ਹੋ ਗਈ ਆ ਅੱਜ ਮੇਰਾ ਖਿਆਲ ਹੈ ਇਹ ਰਿਹਾਈ ਹੋ ਚੁੱਕੇ ਹੋਣਗੇ ਜੀ ਕਿਸਮ ਮੰਨਿੰਗ ਲਾਂਡਰਿੰਗ ਮਾਮਲੇ ਦੇ ਵਿੱਚ ਸੰਜੀਤ ਸਿੰਘ ਤੇ ਮਨੀਸ਼ ਸ਼ੋਧਿਆ ਨੂੰ ਨਰਾਇ ਹਿਰਾਸਤਾ ਵਧਾ ਦਿੱਤੀ ਗਈ ਹੈ ਜੀ ਦੇਖੋ ਜੀ ਹੋਰ ਕੀ ਹੋਣਾ ਹੈਗਾ ਜਦੋਂ ਜਵੰਤਤਾ ਉਹਨਾਂ ਦੀ ਹੋਈ ਨਹੀਂ ਜਦੋਂ ਤੱਕ ਇਹਨਾਂ ਦਾ ਕੇਸ ਵਿਧੀਬਧ ਤਰੀਕੇ ਦੇ ਨਾਲ ਅਦਾਲਤਾਂ ਵਿੱਚ ਨਹੀਂ ਚੱਲਦਾ ਉਦੋਂ ਤੱਕ ਅਦਾਲਤ 14 14 ਦਿਨ ਕਰਕੇ ਇਹਨਾਂ ਦੀਆਂ ਨਾਇਕ ਰਾਸਤੇ ਕਿਸੇ ਦੀ ਵੀ ਵਧਾ ਦਿੰਦੀ ਹੁੰਦੀ ਹੈ ਜੀ ਲੋਕਪਾਲ ਵੱਲੋਂ ਆਮਾਦੀ ਪਾਰਟੀ ਦੇ ਵਿਧਾਇਕ ਜੀ ਅਮਨ अरोड़ा ਨੂੰ ਸਮਨ ਤਲਬ ਕੀਤਾ ਗਿਆ ਜੀ ਇਹ ਅਮਨ ਦੀਪਕੋਰ ਰੋੜੇ ਜੀ ਮੋਕੇ ਦੀ ਵਧਾਈਕ ਹੈ ਸ਼ਿਕਾਇਤ ਵੀ ਕਥਤ ਪੀਏ ਇਹਨਾਂ ਦੇ ਹਰਸ਼ ਕੁਮਾਰ ਨੇ ਕੀਤੀ ਹੈ ਕਿ ਇਹ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਰਨ ਦੇ ਵੀ ਦੋਸ਼ ਲੱਗੇ ਨੇ ਅਮਨਦੀਪ ਕੌਰ ਉਹੜਾ ਨੇ ਹਾਲਾਂਕਿ ਇਹਨਾਂ ਦੋਸ਼ਾਂ ਨੂੰ ਨਕਾਰਿਆ ਹੈ ਇਹ ਉਹੀ ਅਮਨਦੀਪ ਕੌਰ ਆ ਜਿਹਦੇ ਤੇ ਸਿਹਤ ਭਾਗ ਦੇ 에어 ਕੰਡੀਸ਼ਨ ਕਹਿੰਦੇ ਉਹਦੇ ਦਫਤਰ ਚਲਾਤੇ ਸੀ ਘਰੇ ਜਾ ਕੇ ਜੀ ਇਹਨਾਂ ਨੂੰ 16 ਜਨਵਰੀ ਵਾਸਤੇ ਜਿਹੜਾ ਹੈਗਾ ਬੁਲਾਇਆ ਕਿ ਤੁਸੀਂ ਆਓ ਆ ਕੇ ਲੋਕਪਾਲ ਦੇ ਕੋਲ ਆਪਣਾ ਜਵਾਬ ਦਿਓ ਜਿਹੜਾ ਪੰਜਾਬ ਦੇ ਲੋਕਪਾਲ ਨੇ ਮਿਸਟਰ ਸ਼ੈਦ ਵਿਕਾਸ ਸ਼ਰਮਾ ਉਹਨਾਂ ਦਾ ਨਾਮ ਲੋਕਪਾਲ ਸਾਹਿਬ ਦਾ ਉਹਨਾਂ ਦੇ ਕੋਲੇ 16 ਜਨਵਰੀ ਨੂੰ ਪੇਸ਼ ਛੁੱਕ ਕੇ ਆਪਣਾ ਪੱਖ ਰੱਖਣਗੇ ਜੀ ਐਕਲੂਸਿਵ ਵਰਲਡ ਰਿਕਾਰਡ ਨੇ ਸੰਸਥਾਨ ਨੇ ਸਤਿਕਰਨ ਸ਼੍ਰੀ ਹਰਮੰਦਰ ਸਾਹਿਬ ਨੂੰ ਇੱਕ ਅਵਾਰਡ ਨਾਲ ਵਾਜਾ ਜੀ ਜਿਹੜਾ ਇੱਕ ਸਲੂਸ਼ਵ World Record ਸੰਸਥਾ ਹੈ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਵਿੱਤਰ ਸਥਾਨ ਨੂੰ ਸਭ ਤੋਂ ਵੱਧ ਸਨਮਾਨ ਪੱਤਰ ਦਿੱਤਾ ਹੈ ਇਹਨਾਂ ਦੇ ਮੁਖੀ ਡਾਕਟਰ ਪੰਕਜ ਖਟਵਾਨੀ ਤੇ ਦੀਪਕ ਥਵਾਨੀ ਇਹਨਾਂ ਨੇ ਸ਼੍ਰੋਮਣੀ ਕਮੇਟੀ ਦਫ਼ਤਰ ਪੁੱਜ ਕੇ ਵਧੀਕ ਸਕੱਤਰ ਨੇ ਜੀ ਗੁਰਿੰਦਰ ਸਿੰਘ ਮਤਰੇਵਾਲ ਮੀਤ ਸਕੰਤਰ ਜਸਵਿੰਦਰ ਸਿੰਘ ਜੱਸੀ ਇਸੇ ਤਰ੍ਹਾਂ ਦਰਬਾਰ ਸਾਹਿਬ ਦੇ ਮੈਨੇਜਰ ਸਰਦਾਰ ਭਗਵੰਤ ਸਿੰਘ ਢੰਘੇੜਾ ਇਹਨਾਂ ਨੂੰ ਸਤਕਾਰ ਤੇ ਸ਼ਰਧਾ ਪ੍ਰਗਟਾਈ ਹੈ ਕਹਿੰਦੇ ਸਭ ਤੋਂ ਵੱਧ ਦੁਨੀਆ ਇਸ ਸਥਾਨ ਤੇ ਨਤਮਸਤਕ ਹੋਈਆ ਬਿਸ਼ਪ ਦੇ ਵਿੱਚ ਆਰ ਲੱਖਾਂ ਸੰਗਤਾਂ ਦੀ ਆਮਦੇ باوجود ਪ੍ਰਬੰਧਕਾਂ ਵੱਲੋਂ ਇੱਥੇ ਬਿਹਤਰੀਨ ਸਵਾਵਾ ਦਿੱਤੇ ਜਾਂਦੀਆਂ ਗੁਰੂ ਨਾਨਕ ਪਾਤਸ਼ਾਹ ਦਾ 20 ਰੁਪਿਆ ਦਾ ਚਾਲੂ ਕੀਤਾ ਲੰਗਰ ਉਹ ਦਰਬਾਰ ਸਾਹਿਬ ਕੀ ਸਾਰੇ ਗੁਰ ਘਰਾਂ ਦੇ ਵਿੱਚ ਅਟੁੱਟ ਵਰਤਾਇਆ ਜਾਂਦਾ ਹੈ ਖਾਸ ਕਰ ਦਰਬਾਰ ਸਾਹਿਬ ਦਾ ਤਾਂ ਬਹੁਤ ਵੱਡਾ ਰਿਕਾਰਡ ਹੈ ਕਿ ਉੱਥੇ ਹਰ ਰੋਜ਼ ਹਜ਼ਾਰਾਂ ਨਹੀਂ ਲੱਖ ਦੇ ਲਗਭਗੇ ਸ਼ਰਧਾਲੂ ਆਉਂਦੇ ਆ ਪ੍ਰਮੁੱਖ ਦਿਨਾਂ ਦੇ ਉੱਤੇ ਤਾਂ ਕਿਤੇ ਵੱਧ ਖਾਸ ਕਰ ਸੰਗਰਾਦ ਹੁੰਦੀ ਹੈ ਜਦੋਂ ਜਦ ਸਾਡੇ ਪ੍ਰਕਾਸ਼ ਦਿਹਾੜੇ ਜਾਂ ਜੋਤੀ ਜੋਤ ਦਿਹਾੜੇ ਮਨਾਏ ਜਾਂਦੇ ਆ ਉਹਨਾਂ ਦਿਨਾਂ ਦੇ ਵਿੱਚ ਸੋ ਉਹਨੇ ਕਿਹਾ ਕਿ ਬਹੁਤ ਵੱਡੀ ਵਡਿਆਈ ਆ ਹਰਛਤ ਜਾਲੂ ਇੱਥੇ ਨਤਮਤ ਕੋ ਕੇ ਖੁਸ਼ੀਆਂ ਪ੍ਰਾਪਤ ਕਰਦਾ ਹੈ ਇਹ ਸੰਸਥਾ ਨੇ ਦਰਬਾਰ ਸਾਹਿਬ ਨੂੰ ਐਡਾ ਵੱਡਾ ਸਨਮਾਨ ਦੇਣਾ ਆਪਣੇ ਆਪ ਦੇ ਵਿੱਚ ਇੱਕ ਚੰਗੀ ਗੱਲ ਮੰਨੀ ਜਾਂਦੀ ਹੈ ਜੀ ਸੋ ਤੁਸੀਂ ਨਾਲੇ ਗੱਲ ਕਰਦੇ ਆ ਮੌਸਮ ਨੂੰ ਲੈ ਕੇ ਜੀ ਮੌਸਮ ਅੱਜ ਲਗਭਗ ਪਹਿਲੇ ਦਿਨ ਤੋਂ ਬਾਅਦ ਇੱਥੇ ਇਹਨਾਂ ਨੂੰ ਥੋੜਾ ਜਿਹਾ ਰਾਹਤ ਨਜ਼ਰ ਆ ਰਹੀ ਹੈ ਭਾਵੇਂ ਧੁੱਪ ਦੇ ਵਿੱਚ ਬਹੁਤੀ ਗਰਮੀ ਨਹੀਂ ਸੀ ਹਵਾ ਚਲਦੀ ਸੀ ਪਰ ਅੱਜ ਲਗਭਗ 10 ਦਿਨਾਂ ਤੋਂ ਬਾਅਦ ਪਹਿਲਾਂ ਵੀ ਇੱਕ ਦਿਨ ਘੰਟਾਕ ਸੂਰਜ ਚੜ੍ਹਿਆ ਸੀ ਅੱਜ ਸੂਰਜ ਦੇਵਤਾ ਦੇ ਦਰਸ਼ਨ ਹੋਏ ਨੇ ਭਾਵੇਂ ਅਜੇ ਤੱਕਰ ਠੰਡ ਸੀਤ ਲੇਅਰ ਤੋਂ ਕੋਈ ਜ਼ਿਆਦਾ ਸਾਨੂੰ ਜਿਹੜੀ ਹੈ ਰਾਤ ਮਿਲਦੀ ਦਿਖਾਈ ਨਹੀਂ ਦੇ ਰਹੀ ਹਲੇ ਅਗਲੇ ਦਿਨ ਹੋਰ ਇਸੇ ਤਰ੍ਹਾਂ ਸਾਨੂੰ ਟਰਟਰ ਕਰਨਾ ਪਵੇਗਾ ਮੈਂ ਬੇਨਤੀ ਕਰਦਾ ਸਭੂ ਵਿਅਕਤੀਆਂ ਨੂੰ ਸਾਡੇ ਲੋਕਾਂ ਨੂੰ ਕਿ ਕਿਰਪਾ ਕਰਕੇ ਡਾਕਟਰ ਦੀ ਸਲਾਹ ਦੇ ਬਤਵ ਕੰਮ ਕਰੋ ਵੱਡੀ ਉਮਰ ਦੇ ਜਿਹੜੇ ਲੋਕ ਨੇ ਸ਼ਕਤੀਤਾ ਨੇ ਉਹ ਬਾਹਰ ਦਾ ਜਾਨ ਠੰਡ ਹੈ ਜੇ ਜਾਣੇ ਤੇ ਆਪਣੇ ਗਰਮ ਕੱਪੜਿਆਂ ਦਾ ਬੰਦੋਬਸਤ ਕਰਕੇ ਜਾਓ ਸਾਡੇ ਵਾਸਤੇ ਇਹ ਸਾਰਾ ਮਾਮਲਾ ਚੰਗਾ ਹੋਵੇਗਾ ਜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਫਕਾ ਦੇ ਥੇਦਾਰੋਂ ਕੌਂਕੇ ਸਾਹਿਬ ਦੀ ਅਰਦਾਸ ਕੀਤੀ ਗਈ ਹੈ ਜੀ ਦੇਖੋ ਉਹਨਾਂ ਦਾ ਪ੍ਰੋਗਰਾਮ ਸੀ ਕਿ 8 ਤਰੀਕ ਨੂੰ ਅਖੰਡ ਪੜ ਸਾਹਿਬ ਪ੍ਰਕਾਸ਼ ਹੋਣਗੇ 10 ਨੂੰ ਭੋਗ ਪਾਏ ਜਾਣਗੇ ਉਹਨਾਂ ਦੇ ਜਿਹੜੇ ਪੰਜਾਬ ਪ੍ਰਚਾਰ ਕਮੇਟੀ ਦੇ ਚੇਅਰਮੈਨ ਨੇ ਉਹਨਾਂ ਦਾ ਨੌਵੇਂ ਜੀ ਮਨਜੀਤ ਸਿੰਘ ਭੋਮਾ ਉਹ ਸਪੈਸ਼ਲ ਤੌਰ ਤੇ ਜੱਦਰ ਸਾਹਿਬ ਦੀ ਧਰਮ ਪਤਨੀ ਬੀਬੀ ਗੁਰਬੇਲ ਕੌਰ ਕੋਲ ਜਾਂਦੇ ਨੇ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਬੀਬੀ ਜੀ ਤੁਸੀਂ ਇਸ ਸਮਾਗਮ ਦੇ ਵਿੱਚ ਜ਼ਰੂਰ ਆਇਓ ਤੇ ਮੇਰਾ ਖਿਆਲ ਉਹ ਸਮਾਗਮ ਦੇ ਵਿੱਚ ਉੱਥੇ ਪਹੁੰਚੇ ਵੀ ਸੀ ਸੋ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਜੱਦਰ ਕੌਕੇ ਦੇ ਧਰਮ ਪਤਨੀ ਉਹਨਾਂ ਦਾ ਮਾਨਸਨ ਬਾਨ ਵੀ ਕੀਤਾ ਉਹਨਾਂ ਨੇ ਹੋਵੇਗਾ ਪਰ ਅਰਦਾਸ ਸਮਾਗਮ ਸੀ ਜਿਹੜਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੱਖਿਆ ਗਿਆ ਸੀ ਅੱਜ ਇਹ ਜਿਹੜੇ 1 ਤਰੀਕ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਮਾਮਲੇ ਦੇ ਵਿੱਚ ਜਿਹੜਾ ਹੈਗਾ ਉਹ ਅੱਜ ਦੋ ਸਭਾਗਮ ਇਕੱਠੇ ਹੋ ਗਏ ਦੂਜਾ ਇੱਕ ਜਿਹੜਾ ਆਪੇ ਗੁਰਚੇਲਾ ਨਗਰ ਕੀਰਤਨ ਦਾ ਆਰੰਭ ਆਨੰਦਪੁਰ ਸਾਹਿਬ ਤੋਂ ਕੀਤਾ ਗਿਆ ਜੀ ਅੱਜ ਦੇ ਪ੍ਰੋਗਰਾਮ ਵਿੱਚ ਆਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਪ੍ਰੋਗਰਾਮ ਦੇ ਅਗਲੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ